करे गरीब आम, असी वोट पीटीआई नहीं देना। अस्सलाम वालेकुम यार, तुहानू पता इमरान खान ने कहा इतवार को पूरे मुल्क दे विच मतलब कि रैलियां वगैरह करनियां ने। साडा पूरा जहन सी असी मतलब कि झंडे वगैरह वाह ले आए सी, आ साडे लाला जी बैठे आ इस इलाके की शान ने। सारे पहले आप यार लाले ना गल करते। लाला जी अस्सलाम वालेकुम। लाला जी वालेकुम सलाम सर। लाला जी वोट का वोट पीटीआई दा सर। ये पीटीआई नु पाण दी वजह वोट। हाँ जी पीटीआई नु वोट पाण दी वजह। एक बार वीडियो पा चलो लाला जी चौधरी काशिफ नवीर पंसोता शौकत बसराह के पी टी आई के कंपेयर ऑफिस के पहुंच गए हैं। ढोल शोल का इंतजाम है। चलो बजाओ जी इन्हें थोड़ा जहा जोर। बजाओ तो उदो शाम बस। सलाम अलैकुम सर, कि पार्टी ने सपोर्ट कर रहे हो? पी टी आई। पीटीआई बहुत अच्छे लोग ने। बहुत अच्छे लोग ने। हाँ जी कौन बहुत अच्छे लोग ने? इमरान खान मेरे हलके दा जेड़ा करे ओ तुसी मतलब इंप्रेस हो। चौधरी काशिफ पंसोता। काशिफ नवीर पंसोता। हाँ जी इमरान खान दे बारे ਤੁਹਾਡਾ ਕੀ ਖਿਆਲ? ਬਹੁਤ ਅੱਛੇ ਸੀਗੇ। ਖਾਦਾ ਥੱਲਾ 1500 ਦਾ ਸੀ ਆ, ਜਿਹੜਾ 7000 ਦਾ ਮਿਲ ਰਿਹਾ। ਜਿਹੜਾ 7000 ਦਾ ਡੀਏਪੀ ਦਾ ਥੱਲਾ ਸੀ 14000 ਦਾ ਮਿਲ ਰਿਹਾ। ਜਿਹੜੀ ਥੈਲੀ 610 650 ਦੀ 10 ਕਿਲੋ ਆਟੇ ਦੀ ਥੈਲੀ ਸੀ ਉਹ ਅੱਜ 1300 ਰੁਪਏ ਦੀ ਮਿਲ ਰਹੀ ਹੈ। ਕੀ ਕਰੇ ਗਰੀਬ ਆਮ, ਅਸੀਂ ਵੋਟ ਪੀਟੀਆਈ ਨਹੀਂ ਦੇਣਾ। ਨਵਾਜ਼ ਸ਼ਰੀਫ ਦੇ ਬਾਰੇ ਕੀ ਖਿਆਲ ਹੈ? ਅਸੀਂ ਉਹਨਾਂ ਨੂੰ ਵੋਟ ਨਹੀਂ ਦੇਣਾ, ਅਸੀਂ ਉਹਨਾਂ ਨੂੰ ਪਸੰਦ ਹੀ ਨਹੀਂ ਕਰਦੇ। ਮਰੀਮ ਨਵਾਜ਼ ਦੇ ਬਾਰੇ ਨਹੀਂ ਪਸੰਦ ਕਰਦੇ, ਅਸੀਂ ਪੀਟੀਆਈ ਨੂੰ ਕਰਨੇ। ਅਸਲਾਮ ਅਲੈਕੁਮ ਯਾਰ, ਕੰਪੇਨ ਆਫਿਸ ਪਹੁੰਚ ਗਏ ਆ। ਜਾਜ਼ ਲੱਖ ਦਾ ਕੰਪੇਨ ਆਫਿਸ ਆ ਜਿਆ ਲੀਗ ਦਾ, ਤੇ ਆਪਣੇ ਨਾਲ ਇੱਕ ਬੈਠੇ ਆ ਮਤਲਬ ਕਿ ਜਿਆ ਲੀਗ ਦੇ ਵਿੱਚ ਕੰਪੇਨ ਆਫਿਸ ਇੱਕ ਬੰਦਾ ਨੂੰ ਪੁੱਛਦੇ ਆ ਕਿਹਨੂੰ ਸਪੋਰਟ ਕਰਦੇ ਹੋ? ਅਸਲਾਮ ਅਲੈਕੁਮ ਬਾਈ। ਵਾਲੇਕੁਮ ਸਲਾਮ ਬਾਈ, ਕਿਹਨੂੰ ਸਪੋਰਟ ਕਰ ਰਹੇ ਹੋ? ਸਪੋਰਟ ਅਲਹਮਦੁਲਿਲਾ ਪੀਟੀਆਈ ਨੂੰ ਕਰਨੇ ਨਾਲ। ਪੀਟੀਆਈ ਨੂੰ ਸਪੋਰਟ ਭਾਈ, ਬੈਠੇ ਤੁਸੀਂ ਇੱਥੇ ਜਿਆ ਲੀਗ ਜਾਜ਼ ਲੱਖ ਦੇ ਮਤਲਬ ਆਪਾਂ ਇੱਥੇ ਆਏ ਆ ਟਾਈਮ ਪਾਸ ਕਰਨ? ਅੱਛਾ ਠੀਕ ਹੈ। ਸਾਡਾ ਦਿਲ, ਸਾਡੀ ਜਾਨ, ਸਾਡੀ ਆਨ, ਸਾਡੀ ਸ਼ਾਨ। शौकत बसराज साहब देता जी टिकट, इंतखाबी निशान है शौकत महमूद बसराज साहब दा मोर। ਜਾਜ਼ ਲੱਖ ਸਾਹਿਬ ਨੂੰ ਵੋਟ ਤੇ ਅੱਗੇ ਵੀ ਆਪਾਂ ਸਰਵੇ ਕਰਕੇ ਵੇਖਦੇ ਆਂ ਕਿ ਕੌਣ ਕਿਹਨੂੰ ਵੋਟ ਪਾ ਰਿਹਾ।
ਹੁਣ ਸਰ ਜੀ ਵੋਟ ਕਿਹਨੂੰ ਦਿਓਗੇ ਤੁਸੀਂ ਇਨਸ਼ਾਅੱਲਾ 8 ਫਰਵਰੀ ਨੂੰ ਵੋਟ ਅਸੀਂ ਕੈਦੀ ਨੰਬਰ 804 ਇਮਰਾਨ ਖਾਨ ਨੂੰ ਦੇਵਾਂਗੇ ਠੀਕ ਹੋ ਗਿਆ ਮਿਹਰਬਾਨੀ ਸਰ ਮੈਂ ਇਹਨਾਂ ਦਾ ਆਪਾਂ ਇੰਟਰਵਿਊ ਲੈਨੇ ਆ ਸਰ ਜੀ ਅਸਲਾਮ ਅਲੈਕਮ ਕਿਸ ਪਾਰਟੀ ਨੂੰ ਸਪੋਰਟ ਕਰਦੇ ਹੋ ਤੁਸੀਂ ਅਸੀਂ ਪੀਟੀਆਈ ਨੂੰ ਸਪੋਰਟ ਕਰਦੇ ਆ ਅੱਛਾ ਵੋਟ ਕਿਹਨੂੰ ਦੇਣਾ ਜੀ ਇਨਸ਼ਾਅੱਲਾ 8 ਫਰਵਰੀ ਨੂੰ ਪੀਟੀਆਈ ਦਾ ਵੋਟ ਹੋਏਗਾ ਠੀਕ ਹੋ ਗਿਆ ਮਿਹਰਬਾਨੀ ਸਰ ਲਾਇਸੈਂਸ ਸਬਮਿਟ ਤਾਂ ਸਾਰੇ ਕੋਲ ਹੋਣਾ ਚਾਹੀਦਾ ਹੈਗਾ ਹਥਿਆਰ ਦਾ ਲਾਇਸੈਂਸ ਕਿਉਂਕਿ ਤੁਹਾਡੇ ਕਣੇ ਦੇ ਹਥਿਆਰ ਬਣੇ ਨੇ ਪਿੰਡ ਮੂਸਾ ਸਾਡਾ ਜੀ ਚਾਚੇ ਚ ਨਾਮ ਜਿਵੇਂ ਐ ਟਰੈਂਟ ਨੀ ਫੈਰੀ ਰੱਖੇ ਕਰਕੇ ਗੁੱਡੇ ਤੇ ਪੈਂਟ ਨੀ ਚੱਕਣੇ ਲਗੇ ਨਾ ਪੱਟੂ ਲਾਉਂਦਾ ਬੈਂਟ ਨੀ ਤੇ ਯਾਰ ਆ ਅਸੀਂ ਅੱਜ ਵਲੌਗ ਬਣਾਇਆ ਸੀਗਾ ਮਤਲਬ ਕਿ ਐਂਡ ਹੋ ਗਿਆ ਇੱਥੇ ਤੇ ਵਲੌਗ ਯਾਰ ਅਗਰ ਤੁਹਾਨੂੰ ਅੱਛਾ ਲੱਗਾ ਲਾਈਕ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਤੇ ਲਾਲਾ ਜੀ ਤੁਸੀਂ ਕੁਝ ਕਹਿਣਾ ਚਾਹੋ ਐਂਡ ਤੇ ਕੁਝ ਵਾਪ ਦੇ ਨਾਮ ਪੈਗਾਮ ਮੈਂ ਲਾਲਾ ਜੀ ਕੀ ਕਹੋਗੇ ਮੈਨੂੰ ਕੋਈ ਦੱਸੇਗਾ ਤਾਂ ਲਾਲਾ ਜੀ ਨੇ ਕੁਛ ਨਹੀਂ ਕਿਹਾ ਲਾਲਾ ਮੈਨੂੰ ਪੁੱਛਣਾ ਮੈਨੂੰ ਦੱਸੋ ਕਿਹੜਾ ਕੀ ਲਾਲਾ ਮੈਨੂੰ ਇਹ ਪੁੱਛਦਾ ਪਿਆ ਦਿੱਲਾ ਬਾਈ ਤੁਸੀਂ ਕੀ ਕਹੋਗੇ ਗੁੱਡ ਐਂਡ ਗੁੱਡ ਐਂਡ ਬਸ ਓਕੇ ਜੀ ਸਬਸਕ੍ਰਾਈਬ ਵਗੈਰਾ ਕਰ ਦਿਓ ਅੱਲਾ ਹਾਫਿਜ਼।